ਜਿਹੜਾ ਇੰਟਰੋ ਮੈਂ ਡਰਾਈਵ ਚਲਾਈ ਗਈ ਹੈ ਕਿਆ ਮਾਮਲਾ ਹੈ ਪਹਿਲੇ ਤੋਂ ਵੈਜੇ ਕਲੀਅਰ ਕਰ ਲਓ ਕਿ ਇਨਫੋਰਸਮੈਂਟ ਡਰਾਈਵ ਆਜ ਨਹੀਂ ਚਲਾਈ ਹੈ ਐਂਟੀ ਇਨਫੋਰਸਮੈਂਟ ਡਰਾਈਵ ਇਹਦੇ ਪਹਿਲੇ ਸੇ ਚਲਾਏ ਹੋਏ ਹੈ ਬੜੇ ਡਿਪਟੀ ਸੁਸਰ ਕਰਨ ਵਾਲੇ ਬਾਅਦ ਹਮਾਰੇ ਨੋਟਿਸ ਮੈਂ ਆਇਆ ਕਿ ਕੁਛ ਹਮਾਰੇ ਭਾਈ ਹੈ ਬਿਜਨਸਮੈਨ ਕੁਛ ਇੱਕ ਟਰੈਕਟਰ ਦੀ ਦੁਕਾਨ ਹੈ ਕੁਛ ਇੱਕ ਹੋਰ ਦੁਕਾਨ ਹੈ ਐਂਗਲ ਜੋ ਉਹਨਾਂ ਨੇ ਲਗਾਏ ਹੈ ਕੁਛ ਟਰੈਕਟਰ ਪਾਰਕਿੰਗ ਕੀ ਹੈ ਬਿਲਕੁਲ ਰੋਡ ਦੀ ਜਗ੍ਹਾ ਪੇ ਔਰ ਐਂਗਲ ਬਿਲਕੁਲ ਰੋਡ ਪੇ ਲਗਾਏ ਹੋਏ ਹੈ ਜੇ ਬਿਲਕੁਲ ਉਹਨਾਂ ਨੇ ਕੰਸੀਡਰ ਨਹੀਂ ਕੀਤਾ ਕਿ ਹਮਾਰੀ ਦੁਕਾਨ ਕੀ ਹੱਦ ਕਹਾਂ ਤੱਕ ਹੈ ਔਰ ਇਸ ਕਿੰਨੇ ਫੈਕਟਰ ਕਿਸਮ ਦਾ ਇੱਕ ਐਕਸੀਡੈਂਟ ਹੋ ਸਕਤੇ ਹੈ ਤੋ ਇਨਕੋ ਹਦਾਇਤ ਦੀ ਗਈ ਕਿ ਇਨਕੋ ਇਮੀਜੀਏਟਲੀ ਜਹਾਂ ਸੇ ਉਖਾੜਾ ਜਾਏ ਹਮਨੇ ਖੁਦ ਵੀ ਹਮਾਰੇ ਨਾਇਕ ਸਾਹਿਬ ਵੀ ਸਾਥ ਮੈਂ ਹੈ ਪਟਵਾਰੀ ਸਾਹਿਬਾਨ ਵੀ ਹਮਨੇ ਖੁਦ ਵੀ ਜਹਾਂ ਸੇ ਕੁਛ ਐਂਗਲ ਉਖਾੜੇ ਹੈ ਔਰ ਜੋ ਬਚੇ ਹੈ ਉਹਨਾਂ ਨੇ ਵਹਾਂ ਕੇ ਆਧੇ ਘੰਟੇ ਕੇ ਅੰਦਰ ਅੰਦਰ ਇਨਕੋ ਜੇ ਨਿਕਾਲ ਲੈ ਗਏ ਤੋ ਆਪਕੇ ਮਾਧਿਅਮ ਸੇ ਮੈਂ ਤਮਾਮ ਲੋਕੋਂ ਕੋ ਬਿਜਨਸ ਮੈਨ ਜਿਤਨੇ ਵੀ ਹੈ ਜਾਂ ਔਰ ਵੀ ਕਾਮਨ ਲੋਕ ਜਿਸ ਦਿਨ ਤਿਉਹਾਰ ਵੀ ਹੈ ਤੋ ਜ਼ਿਆਦਾ ਰਸ਼ ਰਹਿਤਾ ਹੈ ਮੈਂ ਗੁਜ਼ਾਰਿਸ਼ ਕਰੂੰਗਾ ਸਭੀ ਸੇ ਲੇਕਿਨ ਰੋਜ਼ ਵੀ ਜਿਸਕਾ ਜੋ ਕਲਚਰ ਹੈ ਇਸਕੋ ਛੋੜ ਦੇ ਉਹ ਜ਼ਿਆਦਾ ਸ਼ਕਤੀ ਸੇ ਪੇਸ਼ ਆ ਸਕਤੇ ਹੈ ਅਗਰ ਹਮਾਰੇ ਕਿਉਂਕਿ ਹਮ ਬਾਰ ਬਾਰ ਅਪੀਲ ਆਪਕੇ ਮਾਧਿਅਮ ਸੇ ਅਪੀਲ ਕਰ ਰਹੇ ਲੋਕੋਂ ਕੋ ਕਿ ਭਾਈ ਇਸ ਕਲਚਰ ਕੋ ਛੋੜੋ ਜੇ ਇਸੇ ਬੜੇ ਇਰਰਿਪੇਅਰੇਬਲ ਲਾਸ ਸੋਸਾਇਟੀ ਕੋ ਹੋ ਜਾਤੇ ਹੈ ਬਦੀ ਡਿਪਟੀ ਕਮਿਸ਼ਨਰ ਸਾਹਿਬ ਦੂਗਾ ਵੀ ਕਾਫੀ ਲੋਕੋਂ ਕੋ ਇਸ ਸਿਲਸਿਲੇ ਮੈਂ ਕਹਿ ਚੁੱਕੇ ਹੈ ਇਲਜ਼ਾ ਕਰ ਚੁੱਕੇ ਹੈ ਕਿ ਭਾਈ ਇਸ ਕਲਚਰ ਕੋ ਛੋੜੋ ਅਗਰ ਜੇ ਅਗਰ ਰਿਪੀਟ ਹੋਤਾ ਹੈ ਤੋ ਇਸ ਜਲਦੀ ਸੇ